ਸ਼੍ਰੀ ਧਰਮ ਸਿੰਘ ਹੋਰ ਹਾਲੀ ਸਰਪੰਚ ਗਣੀਆਂ ਪੈਂਥਰ ਪਾਰਟੀ ਦੇ ਤਹਿਸੀਲ ਮਝਾਲਤਾ ਦੀ ਪੂਰੀ ਕਮਾਨ ਉਹਦੇ ਕੋਲ ਹੈ। ਅੱਜ ਅਗਰ ਬਲਵਾਨ ਸਿੰਘ ਇੱਥੇ ਆਇਆ ਇੱਥੇ ਆਉਣ ਵਾਲੇ ਧਰਮ ਸਿੰਘ ਹੋਰ, ਔਰ ਇਹਦੇ ਕੰਨੇ ਸਾਡੇ ਵੱਡੇ ਭਰਾ ਸ਼੍ਰੀ ਚੰਨਣ ਸਿੰਘ ਹੋਰ, ਸਾਡੇ ਦੂਜੇ ਸਰਪੰਚ, ਇਹਦਾ ਵੀ ਇੱਥੇ ਆਣਨੇ 'ਚ ਮੇਰਾ ਪੂਰਾ ਸਹਿਯੋਗ ਹੈ। ਸ਼੍ਰੀ ਕਰਨੈਲ ਸਿੰਘ ਹੋਰ ਇਹਦੇ ਕੰਨੇ ਬੈਠੇ ਦੇ ਸਾਡੇ ਦੋਸਤ ਔਰ ਬੜੇ ਸੋਸ਼ਲ ਵਰਕਰ, ਸ਼੍ਰੀ ਗੋਬਿੰਦ ਰਾਮ ਸ਼ਰਮਾ ਜੀ ਉਹਦੇ ਕੰਨੇ ਅੱਗੇ ਬੈਠੇ ਦੇ ਪੈਂਥਰ ਪਾਰਟੀ ਦੇ ਬੜੇ ਸੀਨੀਅਰ ਨੇਤਾ, ਸ਼੍ਰੀ ਰਘਵੀਰ ਸਿੰਘ ਜੀ ਉਹਦੇ ਕੰਨੇ ਅੱਗੇ, ਬੜੇ ਇੱਥੇ ਦੇ ਲੋਕਲ ਪੰਡਿਤ ਸ਼੍ਰੀ ਵਿਸ਼ਨ ਦਾਸ ਸ਼ਰਮਾ ਜੀ ਜਿਹਨੇ ਬੜੀ ਅੱਛੀ ਗੱਲ ਰੱਖੀ, ਇਸ ਸਾਈਡ ਬੈਠੇ ਦੇ ਮੇਰੀ ਆਪਣੀ ਪੰਚਾਇਤ ਦੇ ਪੁਰਾਣੇ ਸਰਪੰਚ ਰਹੇ ਸ਼੍ਰੀ ਕੁਲਦੀਪ ਸਿੰਘ ਹੋਰ, ਇਹਦੇ ਅੱਗੇ ਸਾਡੇ ਪੰਚ ਸ਼੍ਰੀ ਗਣੇਸ਼ ਸਿੰਘ ਹੋਰ, ਅੱਗੇ ਸ਼੍ਰੀ ਬਲਦੇਵ ਸਿੰਘ ਹੋਰ, ਬਾਕੀ ਜਿੰਨੇ ਵੀ ਇੱਥੇ ਬਜ਼ੁਰਗ ਨੌਜਵਾਨ ਸਾਥੀ ਸਾਡੀਆਂ ਮਾਤਾ ਭੈਣਾਂ ਬੈਠੀਆਂ, ਸਾਰਿਆਂ ਕੋਲਾਂ ਪਹਿਲਾਂ ਮੇਰੇ ਕੋਲ ਵੱਡੇ ਜਿੰਨੇ ਵੀ ਹੈ ਮੈਂ ਉਹਨਾਂ ਹੀ ਚਰਨ ਜਿਹੜੇ ਮੇਰੇ ਆਮੂ ਹੋਰ ਉਹਨੇ ਹੀ ਮੇਰੀ ਤਰਫ ਦਾ ਮਾਣ ਸਨਮਾਨ, ਔਰ ਜਿਹੜੇ ਛੋਟੇ ਬੱਚੇ ਨੇ ਉਹਨੇ ਹੀ ਮੇਰੀ ਤਰਫ ਦਾ ਸਨੇਹ ਪਿਆਰ। ਵਿਸ਼ੇਸ਼ ਤੌਰ ਪਰ ਜਿਹੜੀ ਸ਼ਿਵਾਨੀ ਠਾਕੁਰ ਇੱਥੇ ਬੋਲੀ ਬੱਚੀ ਸਾਡੀ, ਇਹ ਬੜਾ ਅੱਛਾ ਲੱਗਿਆ, ਬੜੀ ਅੱਛੀ ਗੱਲ ਰੱਖੀ ਉਹਨੇ। ਔਰ ਅੱਜ ਇਹ ਦੇਖਣ ਵਾਲੀ ਗੱਲ ਹੈ ਕਿ ਸਾਡੀ ਗ੍ਰਾਮ ਦੀਆਂ ਬੱਚੀਆਂ ਇੰਨੀਆਂ ਕਮਜ਼ੋਰ ਨਹੀਂ ਹਨ, ਔਰ ਮੈਨੂੰ ਸਰਪੰਚ ਸਾਹਿਬ ਦੱਸਾ ਦੇ ਉਹਨੇ ਓਲੰਪਿਕ ਗੇਮਸ ਦੇ ਵਿੱਚ ਇੱਕ ਮੈਡਲ ਵੀ ਲਿਆ, ਔਰ ਅਸੀਂ ਫਖਰ ਹੈ। ਔਰ ਖਾਲੀ ਇਸ ਪੰਚਾਇਤ ਦੇ ਲਈ ਪੂਰੀ ਤਹਿਸੀਲ ਮਝਾਲਤਾ ਦੇ ਪੂਰੇ ਉਧਮਪੁਰ 'ਚ ਇਹ ਇੱਕ ਫਖਰ ਹੋਣਾ ਚਾਹੀਦਾ ਕਿ ਅੱਜ ਸਾਡੇ ਗ੍ਰਾਮ ਦੀ ਬੇਟੀ ਬੇਟੀ ਨੇ ਅੱਗੇ ਜਾਈਏ ਜਿਹੜਾ ਨਾਮ ਜਿੱਤਿਆ, ਇਹ ਬੜਾ ਵੱਡਾ ਇੱਕ ਕਾਬਲੇ ਤਾਰੀਫ ਹੈ। ਇਸ ਗੱਲ ਕੀ ਅੱਗੇ ਵਧਾਉਂਦੇ ਹੋਈ ਤੁਸੀਂ ਸਾਰੇ ਹੀ ਪਤਾ, ਮੇਰੇ ਕੋਲ ਪਹਿਲਾਂ ਬੜੇ ਅੱਛੇ ਪ੍ਰਵਕਤਾ ਬੋਲੇ, ਸਰਪੰਚ ਸਾਹਿਬ ਬੋਲੇ, ਗੋਬਿੰਦ ਰਾਮ ਸ਼ਰਮਾ ਹੋਰ ਬੋਲੇ, ਸਾਡੇ ਪੰਡਿਤ ਜੀ ਜਿਹੜੇ ਇੱਥੇ ਦੇ ਲੋਕਲ ਉਹ ਵੀ ਬੋਲੇ। ਮੈਂ ਪਹਿਲਾਂ ਆਪਣਾ ਪਰਿਚੇ ਦਿੰਦਾ, ਮੈਂ ਕੌਣ ਹਾਂ। ਮੈਂ ਵੀ ਇੱਕ ਥੋੜ੍ਹਾ ਲਿਖਾ ਇੱਕ ਗ੍ਰਾਮ ਦਾ ਰਹਿਣੇ ਵਾਲਾ, ਗਰਨੇਈ ਪੰਚਾਇਤ 'ਚ ਮੇਰੇ ਘਰ ਨੂੰ, ਔਰ ਮੈਂ ਇੱਕ ਗਰੀਬ ਪਰਿਵਾਰ 'ਚ ਜਨਮ ਲਿਆ। ਮੇਰੇ ਫਾਦਰ ਸਾਹਿਬ ਜਿਹੜੇ ਮੇਰੇ ਪਿਤਾ ਹੋਰ ਖੇਤੀਬਾੜੀ ਦਾ ਕੰਮ ਕਰਦੇ, ਹੋਰ ਕੋਈ ਕੰਮ ਨਾ ਹੁੰਦਾ। ਮੈਂ ਕੋਈ ਪਾਲੀਟੀਸ਼ੀਅਨ ਨਹੀਂ ਹਾਂ, ਮੇਰਾ ਬਾਪ ਕੋਈ ਲੀਡਰ ਨਾ ਹੈ, ਨਾ ਮੇਰਾ ਕੋਈ ਰਿਸ਼ਤੇਦਾਰ ਲੀਡਰ ਹੈ। ਅਸ ਇੱਕ ਜ਼ਿੰਮੇਵਾਰੀ ਕਰਦੇ ਹੈ, ਅਤੇ ਬਾਕੀ ਜਿਹੜੇ ਸਾਡੇ ਰਿਸ਼ਤੇਦਾਰ ਵੀ ਸਧਾਰਨ ਫੈਮਿਲੀ ਦੇ ਵਿੱਚ ਨੇ, ਲੇਕਿਨ ਥੋੜ੍ਹੇ ਮਨ ਦੇ ਵਿੱਚ ਹੀ ਮਾਂ ਪਿਓ ਨੇ ਅਸੀਂ ਅੱਛੇ ਸੰਸਕਾਰ ਦਿੱਤੇ, ਔਰ ਉਹਨੇ ਇਹ ਆਖਿਆ ਵੀ ਜਿੱਥੇ ਵੀ ਜਾ ਕੇ ਇਹਦਾ ਕੋਈ ਅੱਛਾ ਕੰਮ ਕਰਿਓ, ਕੋਈ ਮਾੜਾ ਨਹੀਂ ਆਖਿਆ। ਅਸਲ ਚਲਦੇ ਚਲਦੇ ਤਰੇ ਵਾਰੀ ਸਰਪੰਚ ਲਿਆ ਮੈਂ, ਔਰ ਉਹਦੇ ਬਾਅਦ ਬੀ ਡੀ ਸੀ ਚੇਅਰਮੈਨ ਬਲਾਕ ਉਧਮਪੁਰ ਦਾ, 47 ਪੰਚਾਇਤਾਂ ਜਿਹੜੀਆਂ ਇਹ ਚਲਾ ਰਹੇ ਦੁਆਰਾ ਬਲਾਕ ਹੈ, 47 ਸਰਪੰਚ ਮੇਰੇ ਕੰਨੇ ਚਲਦੇ। ਮੈਂ ਉਸ ਬਲਾਕ ਦਾ ਬੀ ਡੀ ਸੀ ਚੇਅਰਮੈਨ ਰਿਹਾ ਬਲਾਕ ਹੈੱਡਕੁਆਟਰ ਦੇ ਵਿੱਚ, ਔਰ ਬੜਾ ਪੈਂਚ ਸਰਪੰਚ ਨਾਲ ਅਸੀਂ ਮਾਣ ਸਨਮਾਨ ਮਿਲਿਆ, ਜਨਤਾ ਦਾ ਵੀ ਮਾਣ ਸਨਮਾਨ ਮਿਲਿਆ। ਅੱਜ ਉਹਦਾ ਇਹ ਨਿਰਣੇ ਹੋਇਆ, ਅਗਰ ਮੈਂ ਇੱਥੇ ਆਇਆ ਮੇਰੇ ਪੈਂਚ ਸਰਪੰਚ ਸਾਥੀ ਜਾਂ ਬਜ਼ੁਰਗ ਲੋਕ ਜਿਹੀਆਂ ਇੱਥੇ ਬੈਠੇ ਦੇ, ਇਹਨੇ ਇੱਕ ਫੈਸਲਾ ਕੀਤਾ, ਇਹਨੇ ਆਖਿਆ ਬਲਵਾਨ ਸਿੰਘ ਜੀ ਅੱਜ ਗ੍ਰਾਮੀਣ ਖੇਤਰ ਦੀ ਇੱਕ ਕੰਸਟੀਚੂਸੀ ਬਣੀ ਹੈ, ਅੱਜ ਇਹਦੇ 'ਚ ਪੀ ਯੂ ਦੇ ਪੁਰਾਣੇ ਲੋਕ ਆਉਣੇ ਔਰ ਸ਼ਹਿਰੇ ਦੇ ਲੋਕ ਆਉਣੇ, ਜਿਹੜਾ ਸ਼ਹਿਰੇ ਦੀਆਂ ਕੰਸਟੀਚੂਸੀਆਂ ਹੀ ਆ, ਅਸੀਂ ਇਹਦਾ ਸਾਥ ਦਿੱਤਾ ਪੂਰਾ, ਚਾਹੇ ਤੁਹਾਡੀ ਰਾਮਨਗਰ ਕੰਸਟੀਚੂਸੀ, ਚਾਹੇ ਚਨੈਣੀ ਦੇ ਵਿੱਚ ਹੀ,
ਚਾਹੇ ਉਧਮਪੁਰ 'ਚ, ਅੱਜ ਵੀ ਉਧਮਪੁਰ 'ਚ ਵੀ ਮਿਊਂਸਪੈਲਿਟੀ ਹੈ, ਚਨੈਣੀ 'ਚ ਵੀ ਹੈ, ਰਾਮਨਗਰ 'ਚ ਵੀ ਹੈ, ਲੇਕਿਨ ਵਾਹਿਦ ਦੇ ਕੇ ਜਿਹੜੀ ਇਹ ਕੰਸਟੀਟਿਊਂਸੀ ਬਣੀ ਇਹਦੇ 'ਚ ਪੰਚਾਇਤੀ ਰਾਜ ਗਾ ਹੋਇਆ, ਇਹਦੇ 'ਚ ਸ਼ਹਿਰ ਦੇ ਲੋਕ ਨਹੀਂ ਆਉਣੇ, ਨਾ ਸ਼ਹਿਰ ਦਾ ਕੋਈ ਚੁਣਾਵ। ਜਿਹੜਾ ਲੋਕੀ ਆਖਿਆ, ਅਸੀਂ ਵੀ ਆਖਿਆ ਵੀ ਠੀਕ ਹੈ, ਜੋ ਜਨਤਾ ਦਾ ਫੈਸਲਾ ਅਸੀਂ ਕਬੂਲ ਕੀਤਾ। ਮੈਂ ਪੈਂਥਰ ਪਾਰਟੀ 'ਚ ਨਹੀਂ ਰਿਹਾ ਸ਼ੁਰੂ, ਮੇਰਾ ਜਿਹੜਾ ਸਫ਼ਰ ਜਿਹੜਾ ਭਾਰਤੀ ਜਨਤਾ ਪਾਰਟੀ 'ਚ ਹੋਇਆ, ਔਰ 35-34-35 ਵਰੇ ਮੈਂ ਉਸ ਪਾਰਟੀ 'ਚ ਰਿਹਾ, ਔਰ ਇਮਾਨਦਾਰੀ ਕਰਨ ਸੇਵਾ ਕੀਤੀ। 35 ਵਰੇ ਬੜਾ ਸਖਤਾ ਹੁੰਦਾ। ਜਿਸ ਵੇਲੇ ਇਹ ਚੀਜ਼ ਆਈ, ਇਹ ਇੱਕ ਕਿਸਮ ਦੀ ਬਲਵੰਤ ਸਿੰਘ ਆਪਣੇ ਆਪ ਨੂੰ ਕੁਰਬਾਨੀ ਦਿੱਤੀ ਕਿ ਇੱਕ ਮਨ 'ਚ ਇੱਕ ਚੀਜ਼ ਆਇਆ, ਜਿਵੇਂ ਅੱਜ ਸਾਡੀ ਬੇਟੀ ਬੋਲੀ, ਅੱਜ ਮੈਨੂੰ ਫਖਰ ਹੋਇਆ ਕਿ ਕਮ ਸੇ ਕਮ ਗ੍ਰਾਮ ਦੇ ਵਿੱਚ ਕੋਈ ਬੱਚੀ ਇੰਨੀ ਹਿੰਮਤ ਰੱਖਾ ਗਈ। ਕੁਰਬਾਨੀ ਇਸ ਵਾਸਤੇ ਦੇਣ ਵਾਸਤੇ ਤਿਆਰ ਹੋਏ ਕਿ ਅੱਜ ਅਗਰ ਗ੍ਰਾਮੀਣ ਖੇਤਰ ਦੀ ਕੰਸਟੀਚੁਐਂਸੀ ਬਣੀ ਹੈ, ਅੱਜ ਵੀ ਸ਼ਹਿਰ ਦੇ ਲੋਕ ਆਉਣ ਜਾਂ ਅੱਜ ਵੀ ਪੁਰਾਣੇ ਲੋਕ ਆਉਣ, ਸਾਡੇ ਨਵੇਂ ਲੋਕਾਂ ਨੂੰ ਮੌਕਾ ਕਦੋਂ ਮਿਲੂ। ਔਰ ਅਸੀਂ ਫੈਸਲਾ ਕੀਤਾ ਕਿ ਬਲਵੰਤ ਸਿੰਘ ਜੀ ਤੁਸੀਂ ਅੱਗੇ ਆਓ, ਇਹ ਮੈਂ ਆਪਣੇ ਵਾਸਤੇ ਨਹੀਂ ਆਵਾਣਾ, ਕੱਲ੍ਹ ਸਾਡਾ ਕੀ ਹੋਣਾ ਉਸ ਮਾਲਕ ਦੀ, ਉਸ ਪਰਮ ਪਿਤਾ ਪਰਮੇਸ਼ਵਰ ਵੀ ਪਤਾ, ਕਿਉਂਕਿ ਜਿਹੜੀ ਤਕਦੀਰ ਦੇ ਵਿੱਚ ਜੋ ਲਿਖਦਾ ਉਹ ਹੋਊਗਾ ਹੋਊਗਾ। ਇਨਸਾਨ ਆਪਣਾ ਕਰਮ ਕਰਨਾ, ਫਲ ਦੀ ਇੱਛਾ ਨਹੀਂ ਰੱਖਣਾ, ਫਲ ਦੇਣ ਵਾਲਾ ਹੋਇਆ, ਕਿਉਂਕਿ ਜਿਸ ਵੇਲੇ ਤੁਹਾਡੀ ਮਿਹਰ ਹੋਇਆ ਅਤੇ ਹਰੇ ਭਰੇ ਬਾਗ ਜਿਹੜੇ ਸੁੱਕੇ ਹੋ ਜਾਂਦੇ, ਤੁਹਾਨੂੰ ਜਿੰਨਾ ਮਰਜ਼ੀ ਪਾਣੀ ਦਿਓ, ਲੇਕਿਨ ਜਿਸ ਵੇਲੇ ਤੁਹਾਡੀ ਮਿਹਰ ਠੀਕ ਹੋਇਆ, ਜਿਹੜੇ ਸੁੱਕੇ ਬਾਗ ਉਹ ਹਰਿਆਲੇ ਹੋ ਜਾਂਦੇ। ਇਹ ਵਿਧੀ ਦਾ ਵਿਧਾਨ ਹੈ। ਅੱਜ ਸਾਰੇ ਮਨ ਦੇ ਵਿੱਚ ਇੱਕ ਚੀਜ਼ ਆਈ ਕਿ ਗ੍ਰਾਮੀਣ ਖੇਤਰ ਦੇ ਵਿੱਚ ਜਾਂ ਗਰੀਬ ਪਰਿਵਾਰ ਦਾ ਆਦਮੀ ਕਿਉਂ ਨਹੀਂ ਉੱਥੇ ਦਾਅਵੇਦਾਰ ਰੱਖ ਸਕਦਾ। ਔਰ ਮੈਂ ਖਾਸ ਕਰੀਏ ਪੈਂਥਰ ਪਾਰਟੀ ਦੇ ਜਿੰਨੇ ਵੀ ਲੋਕ ਹਨ, ਪੁਰਾਣੇ ਲੋਕ, ਚਾਹੇ ਨਵੇਂ ਲੋਕ, ਚਾਹੇ ਸਾਡੇ ਬਜ਼ੁਰਗ, ਸਾਡੀਆਂ ਮਾਤਾ, ਸਾਡੀਆਂ ਭੈਣਾਂ, ਮੈਂ ਤੁਸੀਂ ਕੀ ਕੋਟੀ ਕੋਟੀ ਪ੍ਰਣਾਮ ਕਰਨਾ, ਥੋੜ੍ਹਾ ਵੰਦਨ ਕਰਨਾ, ਅਭਿਨੰਦਨ ਕਰਨਾ ਕਿ ਜਿਹੜਾ ਤੁਸੀਂ ਲੋਕਾਂ ਸਾਡੇ ਆਸ਼ੀਰਵਾਦ ਦਿੱਤਾ। ਔਰ ਪੈਂਥਰ ਪਾਰਟੀ ਦੀ ਜਿੰਨੀ ਟੀਮ, ਚਾਹੇ ਉਹਦੇ 'ਚ ਧਰਮ ਸਿੰਘ ਹੋਣ, ਕਰਨੈਲ ਸਿੰਘ ਹੋਣ, ਰਘਵੀਰ ਸਿੰਘ ਹੋਣ, ਸਾਡੇ ਪਰਸ਼ੋਤਮ ਸਿੰਘ ਹੋਰ ਬੈਠੇ ਦੇ, ਸਾਡੇ ਦੂਏ ਸਾਥੀ ਇੱਥੇ ਬੈਠੇ ਦੇ ਸ਼ਮਸ਼ੇਰ ਸਿੰਘ ਹੋਰ, ਜਾਂ ਜਿੰਨੇ ਵੀ ਮਜਾਲ ਦੇ ਲੋਕ, ਅਰਸ਼ ਦੇਵ ਹੋਰੇ, ਉਹਦਾ ਵੀ ਮੈਂ ਧੰਨਵਾਦ ਕਰਨਾ, ਕਿਉਂਕਿ ਮੈਂ ਨਵਾਂ ਆਦਮੀ ਹਾਂ, ਉਹਨੇ ਮੈਨੂੰ ਏਡਾ ਵੱਡਾ ਵਿਸ਼ਵਾਸ ਕੀਤਾ, ਔਰ ਅੱਜ ਮੇਰੀ ਪੈਂਥਰ ਪਾਰਟੀ ਦਾ ਮੈਂਡੇਟ ਲਈ ਹੈ ਇਲੈਕਸ਼ਨ ਦੇ ਵਿੱਚ ਚੱਲ ਰਿਹਾ। ਔਰ ਮੈਂ ਤੁਹਾਡੇ ਕੰਨੇ ਇੱਕ ਬਚਨ ਕਰੂੰਗਾ ਕਿ ਅੱਜ ਮੈਂ ਜਿਸ ਸਾਲ ਦੇ ਵਿੱਚ ਮੰਦਰ ਟੇਕੀ, ਮੱਥਾ ਟੇਕੀ ਆਇਆ ਬਾਬਾ ਦਾ, ਮੈਂ ਇਹ ਵੀ ਜਿਸ ਏਰੀਏ ਦੇ ਵਿੱਚ ਜਾਂ ਕੋਈ ਕੰਮ ਕਰਨਾ ਹੋਣਾ, ਦਸ ਕਹਿੰਦਾ ਮੰਦਰ ਜ਼ਰੂਰ ਜਾਣੇ, ਜਿਵੇਂ ਮੇਰੇ ਏਰੀਏ ਦੇ ਵਿੱਚ ਮਾਤਾ ਮਹਮਾਇਆ, ਮੈਂ ਸੁਣੇ ਦਾ ਉਹਨਾਂ, ਜਿਵੇਂ ਸਕਰਾਲਾ ਦੇ ਵਿੱਚ ਸਕਰਾਲਾ ਮਾਤਾ, ਬਵੇ ਦੇ ਵਿੱਚ ਬਵੇ ਵਾਲੀ ਮਾਤਾ, ਕਟਰੇ ਦੇ ਵਿੱਚ ਮਾਤਾ ਵੈਸ਼ਨੋ ਹੈ, ਜਿਵੇਂ ਸਾਡੇ ਸਥਾਨ ਜਿਹੜਾ ਉੱਥੇ ਮਾਤਾ ਮਹਮਾਇਆ, ਪਾਰੇ ਜਿਹੜਾ ਜੰਦਰਾਹ ਹੁੰਦਾ ਅਤੇ ਦੂਰੇ ਜਿਹੜਾ ਸਾਡਾ ਏਰੀਆ ਹੁੰਦਾ। ਅਸਾਂ ਜਿਸ ਦਿਨ ਇਹ ਸ਼ੁਰੂਆਤ ਕੀਤੀ ਉਸ ਦਿਨ ਵੀ ਉੱਥੇ ਕੰਨੀ ਕਨਫਿਊਜ਼ਨ ਹੋਇਆ, ਵੱਡਾ ਬੈਠੇ ਦੇ, ਔਰ ਮਾਤਾ ਦਾ ਆਸ਼ੀਰਵਾਦ ਰਿਹਾ ਵੀ ਮੈਂ ਕੋਈ ਵੀ ਕਾਰਜ ਕੀਤਾ ਅਗਰ ਉਹਦੀ ਪਰਮਿਸ਼ਨ ਹੋਈ ਜਾਂ ਸੱਗੇ ਹੋਏ, ਔਰ ਮੈਂ ਚਾਹੁੰਦਾ ਅੱਜ ਥੋੜ੍ਹਾ ਆਸ਼ੀਰਵਾਦ ਅਸੀਂ ਹੋ, ਔਰ ਉਹ ਦਿਨ ਦੂਰ ਨਹੀਂ ਹੈ। ਔਰ ਉਹਦੇ ਵਿੱਚ ਇਹ ਗੱਲ ਆਈ ਕਿ ਬਲਵੰਤ ਸਿੰਘ ਦਾ ਜੋ ਵੀ ਹੋ, ਦੇਖੋ ਇੱਕ ਆਦਮੀ ਹੁੰਦਾ ਕਿ ਮੈਨੂੰ ਕੋਈ ਲਾਲਚ ਹੋਇਆ ਕਿ ਇਹ ਮੈਂ ਬਣੀਆਂ ਦਾ ਮੈਨੂੰ ਬੜਾ ਭਾਰੀ ਅੱਛਾ ਉਹ ਮਿਲ ਜਾਣਾ ਅਤੇ ਨਹੀਂ ਬਣਦਾ ਤਾਂ ਮੇਰਾ ਕੋਈ ਨੁਕਸਾਨ ਨਹੀਂ ਹੋਣਾ। ਮੇਰੇ ਮਨ ਦੇ ਵਿੱਚ ਇੱਕ ਪੀੜਾ ਹੈ ਕਿ ਅੱਜ ਬਲਵੰਤ ਸਿੰਘ ਜਿਹੜਾ ਤ੍ਰੈ ਵਾਰੀ ਸਰਪੰਚ ਰਹੇਗਾ, ਬਲਾਕ ਡਿਵੈਲਪਮੈਂਟ ਕੌਂਸਲ ਦਾ ਚੇਅਰਮੈਨ ਰਹੇਗਾ, ਅੱਜ ਅਗਰ ਉਹ ਨਹੀਂ ਹਿੰਮਤ ਕਰੋਗੇ ਤੇ ਕੱਲ ਸਾਡੀ ਸ਼ਿਵਾਨੀ ਠਾਕੁਰ ਹਿੰਮਤ ਕਰ ਸਕਦੀ। ਬਲਵੰਤ ਸਿੰਘ ਨੇ ਜਿਹੜਾ ਇਹ ਬੈਰੀਕੇਡ ਲਾਇਆ
ਪੁਰਾਣਾ ਇਹ ਅਸੀਂ ਤੋੜਿਆ ਆਉਣ ਵਾਲੇ ਟਾਈਮ ਦੇ ਵਿੱਚ। ਮੇਰੀ ਸ਼ਿਵਾਨੀ ਠਾਕੁਰ ਬੇਟੀ ਵੀ ਕੱਲ ਐਮ ਐਲ ਏ ਦੀ ਦਾਅਵੇਦਾਰ ਬਣੀ ਸੀ, ਸਾਡਾ ਕੋਈ ਬੱਚਾ ਦਾਅਵੇਦਾਰ ਬਣ ਸਕਦਾ, ਮੇਰੀ ਕੋਈ ਭੈਣ ਦਾਅਵੇਦਾਰ ਬਣ ਸਕਦੀ, ਮੇਰਾ ਕੋਈ ਭਰਾ ਦਾਅਵੇਦਾਰ ਬਣ ਸਕਦਾ, ਇਹ ਬਲਵਾਨ ਸਿੰਘ ਦੀ ਸੋਚ ਸੀ। ਔਰ ਅੱਜ ਅਸ ਆਏ ਇਹਦੇ ਵਿੱਚ ਜਿਹਾਂ ਸਾਡੇ ਪੰਡਿਤ ਹੋਰੇ ਆਖਿਆ ਕਿ ਇਹ ਆਖਾਂ ਦੇ ਖੁੰਡ ਪੁੱਟੂ ਗਿਆ। ਪੰਡਿਤ ਜੀ ਤੁਸੀਂ ਵੇਦ ਸ਼ਾਸਤਰ ਜਾਣਦੇ ਹੋ, ਅਸਲ ਰਾਜਪੂਤ ਲੋਕ ਹੁੰਦੇ ਹਾਂ, ਅਸੀਂ ਸ਼ਾਸਤਰ ਦਾ ਪਤਾ ਨਹੀਂ ਹੁੰਦਾ, ਲੇਕਿਨ ਮਾੜਾ ਮਾੜਾ ਸਾਰੀਆਂ ਚੀਜ਼ਾਂ ਭਾਵੇਂ ਤੁਸੀਂ ਬਾਈਬਲ ਪੜ੍ਹੋ, ਭਾਵੇਂ ਗ੍ਰੰਥ ਪੜ੍ਹੋ, ਭਾਵੇਂ ਗੀਤਾ ਪੜ੍ਹੋ, ਭਾਵੇਂ ਕੁਰਾਨ ਪੜ੍ਹੋ, ਹਰ ਮਜ਼ਹਬ ਦੇ ਵਿੱਚ ਇਹ ਲਿਖੇਦਾ ਕਿ ਕਿਸੇ ਕੀ ਸਤਾਉਣਾ ਨਹੀਂ। ਅਗਰ ਤੁਸੀਂ ਕਿਸੇ ਦਾ ਭਲਾ ਨਹੀਂ ਕਰ ਸਕਦੇ, ਕਿਸੇ ਦਾ ਬੁਰਾ ਨਹੀਂ ਸੋਚਣਾ, ਇਹ ਵੀ ਇੱਕ ਪੁੰਨ ਹੈ। ਆਦਮੀ ਜਿੰਨਾ ਮਰਜ਼ੀ ਉਹ ਕਰੇ। ਔਰ ਅੱਜ ਇਹਦੇ ਲੋਕੀ ਸਾਹਿਬ ਨੂੰ ਉਹ ਵਕਤ ਦੁਬਾਰਾ ਪੈਂਥਰ ਪਾਰਟੀ ਦਾ ਆ ਗਿਆ, ਜਿਵੇਂ ਡੋਗਰੀ ਚ ਆਖਦੇ ਕੋਈ ਖੁੰਡ ਸਲੱਖਣਾ ਤੇ ਕੋਈ ਝੁੰਡ ਸਲੱਖਣਾ, ਠੀਕ ਹੈ ਨਾ। ਕੋਈ ਡੰਗਰ ਐਸਾ ਹੁੰਦਾ ਉਸ ਘਰੇ ਦੇ ਵਿੱਚ ਰੇਲ ਜੀਲ ਹੋ ਜਾਂਦੀ, ਕੋਈ ਸਾਡੀ ਭੈਣ ਧੀ ਦਿਆਣ ਐਸੀ ਉਸ ਆਉਂਦੀ ਉਸ ਘਰੇ ਦੇ ਨਿਆਰੇ ਵਿਆਰੇ ਹੋ ਜਾਂਦੇ, ਤੇ ਕੋਈ ਕੁੜੀ ਅਗਰ ਜਿਹੜਾ ਸਹੁਰੇ ਜਾਂਦੀ ਤੇ ਪਿਓ ਕੁੜੀਆਂ ਦਾ ਬੜਾ ਬੁਰਾ ਹਾਲ ਹੋ ਜਾਂਦਾ, ਇਹ ਬੜੇ ਮੁਕੱਦਰ ਹੁੰਦੇ, ਉਹ ਤਕਦੀਰ ਕੱਢਣੇ ਲਈ ਇਹ ਚੱਲਦੀ। ਜਿਹੜਾ ਉਹਦਾ ਜਨਮ ਹੁੰਦਾ ਵਿਧਵਾ ਦਾ ਨੇ ਜੋ ਲਿਖਿਆ ਹੁੰਦਾ ਉਸੀ ਕੋਈ ਨਹੀਂ ਮਿਲਾਈ ਸਕਦਾ। ਇਹਨੇ ਸੁਣਾਓ ਕਿ ਪੈਂਥਰ ਪਾਰਟੀ ਚ ਬਲਵਾਨ ਸਿੰਘ ਦਾ ਆਉਣਾ, ਪੈਂਥਰ ਪਾਰਟੀ ਅੱਜ ਉਮਰ ਅਸੈਂਬਲੀ ਦੇ ਵਿੱਚ ਪੂੰਜ ਗਏ। ਅੱਜ ਇੱਕ ਬਲਵਾਨ ਸਿੰਘ ਨਹੀਂ, ਪੈਂਥਰ ਪਾਰਟੀ ਨੇ ਸਿਰਫ 3 ਸੀਟਾਂ ਪਰ ਅਸਰ ਲੜਾ ਨੇ। ਬਲਵਾਨ ਸਿੰਘ ਈਸਟ ਕੰਸਟੀਚੁਐਂਸੀ, ਸਾਡੀ ਅਸ਼ਰੀ ਦੇਵੀ ਛੋਟੀ ਭੈਣ ਜਿਹੜੀ ਰਾਮਨਗਰ ਦਾ ਲੜ ਰਹੀ, ਔਰ ਮਾਨਣੀ ਸਾਡੇ ਹਰਸ਼ਦੇਵ ਸਿੰਘ ਜੀ ਜਿਹੜੇ ਪੈਂਥਰ ਪਾਰਟੀ ਦੇ ਫਾਊਂਡਰ ਮੈਂਬਰ, ਉਹ ਚਰਣੀ ਚ ਲੜਾ ਦੇ ਔਰ 3 ਸੀਟਾਂ ਜਿੱਤਣੀਆਂ ਸਨ, ਇਹ ਬਲਵਾਨ ਸਿੰਘ ਦਾ ਵਾਅਦਾ। ਔਰ ਕੀ ਆਖਣੇ, ਕਿਉਂਕਿ ਜਿਸ ਪਾਰਟੀ ਦੇ ਵਿੱਚ ਆਵੇ ਆਇਆ ਅਸਾਂ ਅਗਰ ਉੱਥੇ ਕੰਮ ਕੀਤਾ ਉੱਥੇ ਵੀ ਇਮਾਨਦਾਰੀ ਕੰਨੇ ਕੀਤਾ। ਜਿਸ ਦਿਨ ਮੇਰੀ ਹਰਸ਼ਦੇਵ ਸਿੰਘ ਹੁੰਦੇ ਨੇ ਪਹਿਲੀ ਮੀਟਿੰਗ ਹੋਈ, ਮੈਂ ਆਖਿਆ ਹਰਸ਼ਦੇਵ ਸਿੰਘ ਜੀ ਮੈਂ ਬੀਜੇਪੀ ਚ ਰਹਿੰਦਾ, ਇਹ ਰਿਸ਼ਤੇਦਾਰੀ ਬੜੀ ਸ਼ੈਲ, ਲੇਕਿਨ ਮੈਂ ਪੈਂਥਰ ਪਾਰਟੀ ਦਾ ਕੰਮ ਨਹੀਂ ਕੀਤਾ, ਪੈਂਥਰ ਪਾਰਟੀ ਦੀ ਮੁਖਾਲਫਤ ਕੀਤੀ ਖੁੱਲੀ ਹੈ ਜਿੰਨੀ ਹੋ ਸਕਦੀ, ਲੇਕਿਨ ਅੱਜ ਅਗਰ ਮੈਂ ਬੀਜੇਪੀ ਜਾਂ ਪੈਂਥਰ ਪਾਰਟੀ ਆਊਂ, ਪੈਂਥਰ ਪਾਰਟੀ ਦੇ ਵਿੱਚ ਮੈਂ ਇਮਾਨਦਾਰੀ ਕੰਨੇ ਕੰਮ ਕਰਦਾ ਔਰ ਬੀਜੇਪੀ ਦੀ ਪੂਰੀ ਮੁਖਾਲਫਤ ਕਰਦਾ, ਮੇਰੀ ਤਰਫ ਦਾ ਕੋਈ ਕਦਾਈ ਨਹੀਂ ਹੋ, ਲੇਕਿਨ ਥੋੜ੍ਹੀ ਤਰਫ ਦਾ ਨਹੀਂ ਹੋਣੀ ਚਾਹੀਦੀ, ਇਹ ਸਾਡੀ ਗੱਲ ਹੋਈ। ਉਹਦਾ ਬਾਅਦ ਹਰਸ਼ਦੇਵ ਸਿੰਘ ਹੋਰੇ ਅਸੀਂ ਆਖਿਆ ਬਲਵਾਨ ਜੀ ਤੁਸੀਂ ਜਾਓ, ਉਹ ਮੇਰਾ ਬਜ਼ੁਰਗੇ ਦਾ ਪੁਰਾਣੀ ਇੱਕ ਸਾਡੀ ਬਜ਼ੁਰਗੇ ਦੀ ਨਿਸ਼ਾਨੀ ਹੈ ਰਾਮਨਗਰ, ਜਿਹੜੀ ਚੜ੍ਹਾਉਣਤਾ ਜਿੱਥੇ ਸਾਡਾ ਜਨਮ ਹੋਇਆ, ਉਹ ਮੇਰੀ ਇੱਕ ਕਰਮ ਭੂਮੀ ਹੈ ਮੇਰੇ ਬਜ਼ੁਰਗੇ ਦੀ। ਔਰ ਮੈਂ ਮੇਰਾ ਜਿਹੜਾ ਸਿਆਸੀ ਸਫ਼ਰ ਸਟਾਰਟ ਹੋਇਆ ਉਹ ਉੱਥੋਂ ਹੋਣਾ, ਮੈਂ ਅੱਜ ਚਨੈਣੀ ਆਈ ਹਾਂ, ਤੂੰ ਜਾਓ ਔਰ ਉਹਦੇ ਲੋਕਾਂ ਦੀ ਸੇਵਾ ਕਰੋ। ਅਸੀਂ ਤਾਂ ਲੀਡਰੀ ਕਰਨੇ ਨਹੀਂ ਆਏ, ਮੈਂ ਇੱਥੇ ਸੇਵਾ ਕਰਨੀ ਆਇਆ ਅੱਜ ਅਗਰ ਉਹਨੇ ਆਖੇ ਆਖਿਆ। ਔਰ ਜਿੰਨੇ ਚਿਰ ਤੋੜੀ ਅੱਜ ਈਸਟ ਕੰਸਟੀਚੁਐਂਸੀ ਦੀ ਹਰਸ਼ਦੇਵ ਹੋਰੇ ਅਗਰ ਮੈਂ ਸੌਂਪੀ ਹੈ, ਅੱਜ ਚਾਹੇ ਮਝਾਲਤਾ ਤਹਿਸੀਲ ਹੈ ਚਾਹੇ ਉਧਮਪੁਰ ਤਹਿਸੀਲ ਹੈ, ਅੱਜ ਅਸੀਂ ਇਕੱਠੇ ਹੋਈਏ ਚੱਲਣਾ। ਜਿਹੜਾ ਤੁਹਾਨੂੰ ਟਿਕਰੀ ਕੋਲਾ ਸਾਡਾ ਸਟਾਰਟ ਹੋਇਆ, ਵਧੀਆ ਵਧੀਆ ਪੰਚਾਇਤਾਂ ਵਿੱਚ ਆਉਂਦੀਆਂ, ਜਗਾਣੂ ਦਾ ਏਰੀਆ ਵੀ ਆਉਂਦਾ, ਜੀਆਂ ਥੋੜ੍ਹਾ ਮਝਾਲਤੇ ਦੇ ਵਿੱਚ ਚਾਹੇ ਇਹ ਪੰਚਾਇਤ ਹੈ, ਚਾਹੇ ਚਾਹਣੀ ਮਾਨਸਾ ਹੈ, ਚਾਹੇ ਚੋੜ ਪਾਂਜੀਆਂ, ਚਾਹੇ ਜਨਸਾਲ ਹੈ, ਚਾਹੇ ਗੜ੍ਹ ਸਾਹਮਣਾ ਪੰਜ ਹੈ, ਜਿੰਨੀਆਂ ਵੀ ਪੰਚਾਇਤਾਂ ਹਨ, ਇਹ ਇੱਕ ਬਲਵਾਨ ਸਿੰਘ ਦੀ ਜ਼ਿੰਮੇਵਾਰੀ ਉਹਨਾਂ ਦਿੱਤੀ ਹੈ। ਜਿੰਨੇ ਚਿਰ ਤੋੜੀ ਬਲਵਾਨ ਸਿੰਘ ਦੇ ਸਾਹ ਰੋਂਗਣ,
ਉਹਨਾਂ ਚਿਰ ਤੁਹਾਡੀ ਤੁਹਾਡੀ ਨੁਮਾਇੰਦਗੀ ਕਰੋ ਗੁਰਬਾਣੀ ਸਾਹਿਬ ਔਰ ਇਮਾਨਦਾਰੀ ਕਨੇ ਕਰੋ। ਮੈਂ ਉਸ ਪਰਿਵਾਰ ਦੇ ਵਿੱਚ ਜਨਮ ਲੱਗਦਾ, ਅੱਜ ਮੈਂ ਆਪਣੇ ਮਾਂ ਪਿਓ ਕੀ ਜਾਂ ਆਪਣੇ ਕੋਲ ਕੀ ਕੋਈ ਕਲੰਕ ਨਹੀਂ ਲੱਗਣ ਦੇਗਾ। ਅੱਜ ਅਗਰ ਅਸੀਂ ਬੀਜੇਪੀ ਚ ਰਹੇ ਠਾੜ ਬਣੇ ਰਹੇ, ਅੱਜ ਅਗਰ ਮੈਂ ਕੋਈ ਕੁਤਾਹੀ ਕੀਤੀ ਨਹੀਂ ਹੁੰਦੀ ਜਿਵੇਂ ਮੈਂ ਬੀਜੇਪੀ ਕੋਲ ਬਾਹਰ ਪੈਂਥਰ ਚ ਆਇਆ, ਉਹਨਾਂ 50 ਕਿਸਮ ਦੇ ਇਲਜ਼ਾਮ ਲਾਣੇ, ਲੇਕਿਨ ਮੇਰੇ ਸਾਹਮਣੇ ਬੋਲ ਨਹੀਂ ਸਕੀ। ਔਰ ਇਹ ਸੀਟ ਉਧਮਪੁਰ ਵੈਸਟ ਦੀ 900 ਦੀ, ਚਨੈਣੀ ਦੀ ਹੋਈ ਦੀ, ਰਾਮਨਗਰ ਦੀ ਹੋਈ ਦੀ, 15 ਦਿਨ ਤੁਹਾਡੀ ਸੀਟ ਇਹਨੇ ਲੇਟ ਕੀਤੀ। ਉਹ ਕੀ ਕੀਤੀ ਉਹਨੇ ਪਤਾ ਹੈ ਕਿ ਅੱਗੇ ਬਲਵਾਨ ਸਿੰਘ ਸਾਡਾ ਪੈਂਥਰ ਪਾਰਟੀ ਚ ਕਿਹਾ, ਇਹਨੇ ਪਤਾ ਹੈ ਕਿ ਬਲਵਾਨ ਸਿੰਘ ਨੇ ਕਿਵੇਂ ਕੰਮ ਕੀਤੇ। ਅਸਾਂ ਵੱਡੀਆਂ ਲੀਡਰੀਆਂ ਨਹੀਂ ਦੱਸੀਆਂ, ਲੇਕਿਨ ਇਹ ਜਿਹੜੇ ਲੀਡਰ ਆਵਾ ਦੇ ਇਹਦੇ ਕੋਲ ਬਲਵਾਨ ਸਿੰਘ ਘੱਟ ਵੀ ਨਾ। ਅਗਰ ਪਾਰਟੀ ਚ ਕੰਮ ਕੀਤਾ ਅਸਾਂ ਵੀ ਇਹਦੇ ਕੋਲ ਜ਼ਿਆਦਾ ਕੰਮ ਕੀਤੇ ਨੇ, ਲੇਕਿਨ ਅੱਜ ਅਸੀਂ ਅਫਸੋਸ ਹੋਇਆ ਕਿ ਬਲਵਾਨ ਸਿੰਘ ਹੈ ਬੀਜੇਪੀ ਛੱਡਣ ਦੇ ਬਾਅਦ ਵੀ ਬੀਜੇਪੀ ਕੀ ਕੋਈ ਭਲਾ ਬੁਰਾ ਨਹੀਂ ਆਖਿਆ। ਅੱਜ ਇਹ ਲੋਕ ਉਸ ਪਾਰਟੀ ਕੀ ਗਾਲੀ ਦੇ ਆ ਰਹੇ ਹੈ ਔਰ ਇਹ ਆਖਦੇ ਕਿ ਅਸਲੀ ਬੀਜੇਪੀ ਕਿਹੜੀ ਤੇ ਨਕਲੀ ਕਿਹੜੀ ਹੈ। ਔਰ ਇਹ ਉਹ ਬੀਜੇਪੀ ਜਿਹੜੀ ਦਾਅਵੇ ਕਰਦੀ ਕਿ ਸਭ ਦਾ ਸਾਥ, ਸਭ ਦਾ ਵਿਸ਼ਵਾਸ ਔਰ ਸਭ ਦਾ ਵਿਕਾਸ, ਅੱਜ ਉਹਦਾ ਵਿਸ਼ਵਾਸ ਰਿਹਾ, ਉਹਦਾ ਵਿਕਾਸ ਰਿਹਾ। ਜਿਹਨੇ ਲੋਕੇ ਆਪੂ ਚ, ਅੱਜ ਅਗਰ ਮੈਂ ਤੇ ਧਰਮ ਸਿੰਘ ਨੇ ਆਪੂ ਚ ਲੜਨਾ, ਮੈਂ ਤੁਹਾਡੀ ਕਹਿ ਲੂੰ ਸੋਚਣੀ ਗੱਲ, ਤੁਹਾਡਾ ਪਾਣੀ ਕਹਿ ਲੂੰ ਚਲਾਉਣਾ, ਤੁਹਾਡੀ ਬਿਜਲੀ ਕਹਿ ਲੂੰ ਚਲਾਉਣੀ, ਅੱਜ ਉਹ ਬੀਜੇਪੀ ਨਹੀਂ ਰਹੀ ਜਿਹਦੇ ਚ ਅਸੀਂ ਜੁਆਇਨ ਕੀਤਾ। ਪਰ ਚਲੋ ਜਿਹੜੀ ਇਹਨਾਂ ਆਖੀ ਕਿ ਜਿਹੜਾ ਆਦਮੀ ਗਲਤੀ ਕਰੋ, ਅਗਰ ਮੈਂ ਤੁਹਾਡੇ ਆਸਤੇ ਬੁਰਾ ਸੋਚਦਾ, ਉਸ ਪਰਮਾਤਮੇ ਨੇ ਬੁਰਾ ਮੇਰੇ ਆਸਤੇ ਪਹਿਲਾਂ ਸੋਚਦਾ। ਮੈਂ ਤੁਹਾਡੇ ਆਸਤੇ ਖੱਡਾ ਖੜਦਾ, ਖਬਰੇ ਉਹਦੇ ਚ ਪਹਿਲਾਂ ਮੈਂ ਪਾਉਂਦਾ। ਇਹ ਜਿਹੜਾ ਆਦਮੀ ਜੈਸਾ ਸੋਚੋ ਵੈਸਾ ਕਰਮ ਕਰੋ, ਲੇਕਿਨ ਅੱਜ ਅਸਾਂ ਇੱਥੇ ਆਏ, ਪੈਂਥਰ ਪਾਰਟੀ ਦੀਆਂ ਮਤੀਆਂ ਹਰੀਆਂ ਗੱਲਾਂ, ਮਤੀਆਂ ਉਪਲਬਧੀਆਂ। ਅੱਜ ਇਹ ਲੋਕ ਆਖਦੇ ਕਿ ਵੱਡੀ ਪਾਰਟੀ ਤੇ ਨਿੱਕੀ ਪਾਰਟੀ, ਪੈਂਥਰ ਪਾਰਟੀ ਇੱਕ ਐਸੀ ਪਾਰਟੀ ਹੈ। ਅੱਜ ਮੈਂ ਪੂਰੇ ਪੰਜਾਬ ਦੇ ਵਿੱਚ ਫਿਰਿਆ, ਜਿਸ ਇਲਾਕੇ ਚ ਵੀ ਗਿਆ ਲੋਕੇ ਆਖਿਆ ਜੀ ਇਹ ਅਰਸ਼ ਦੇਵੋ ਦੀ ਨਿਸ਼ਾਨੀ, ਇਹ ਅਰਸ਼ ਦੇਵੋ ਦੀ ਨਿਸ਼ਾਨੀ। ਅਗਰ ਅਰਸ਼ ਦੇਵੋ ਦੀ ਨਿਸ਼ਾਨੀ ਹੀ ਇਹਦੇ ਬਾਅਦ ਵੀ ਕਿਤੇ ਵਿਧਾਇਕ ਰਹੇ, ਇਹਦੇ ਬਾਅਦ ਵੀ ਮੈਂਬਰ ਆਫ ਪਾਰਲੀਮੈਂਟ ਰਹੇ, ਤਰੇ ਵਾਰੀ ਚੁਣਾਈਏ ਭੇਜਿਆ ਉਹਨੇ, ਤੁਸੀਂ ਲੋਕਾਂ ਵੀ ਵੋਟ ਦਿੱਤੇ ਹੋਣੇ, ਲੇਕਿਨ ਅੱਜ ਉਹ ਲੋਕ ਨਿਸ਼ਾਨੀਆਂ ਨਹੀਂ ਪਾਈ ਸਕੇ। ਅੱਜ ਇੱਥੇ ਕੂਲੇ ਦੀ ਗੱਲ ਕਰਾ ਰਹੇ ਹਾਂ ਕਿ ਜਿਲ੍ਹੇ ਵੀ ਇਲੈਕਸ਼ਨ ਆਉਂਦੀ ਉਹ ਆਖਦੇ ਕੋਲ ਸੈਂਕਸ਼ਨ ਹੋਈ ਦਾ, ਉਹ ਮੈਂ ਨਹੀਂ ਆਖਦਾ, ਪੰਡਿਤ ਜੀ ਮੈਂ ਨਹੀਂ ਆਖਦਾ, ਮੈਂ ਆਖਿਆ ਉਹ ਇਸ ਸੰਭਵ ਸਕੂਲ ਦਾ ਕੰਮ ਬਲਵਾਨ ਸਿੰਘ ਦਾ ਤੇ ਲਿਖਦਾ ਘੱਟ ਨਾ, ਅੱਜ ਮਤੇ ਹਾਰੇ ਮਸਲੇ। ਅੱਜ ਸਾਡਾ ਨੌਜਵਾਨ, ਅੱਜ ਅਗਰ ਅਰਸ਼ ਦੇਵ ਦੀ ਗੱਲ ਤੁਸੀਂ ਕਰਾ ਦਿਓ, ਅਰਸ਼ ਦੇਵ ਨੇ ਜੰਮੂ ਕਸ਼ਮੀਰ ਦੇ ਵਿੱਚ ਪਾਰਟੀ ਬਣਾਈ ਔਰ ਲੋਕਲ ਪਾਰਟੀ ਹੈ ਸਾਡੀ ਪ੍ਰਾਵਿੰਸ ਜੰਮੂ ਦੀ, ਔਰ ਉਹਨੇ ਉਧਮਪੁਰ ਦੀ ਗੱਲ ਨਹੀਂ ਕੀਤੀ, ਉਹਨੇ ਪੂਰੇ ਜੰਮੂ ਦੀ ਕੀਤੀ। ਅੱਜ ਜਿਸ ਵੇਲੇ ਮੁਫਤੀ ਮੁਹੰਮਦ ਸਾਹਿਦ ਕੰਨੇ ਕਾਂਗਰਸ ਦੀ ਸਪੋਰਟ ਦੇ ਵਿੱਚ ਜਿਹੜਾ ਗੌਰਮੈਂਟ ਸੀ, ਅਰਸ਼ ਦੇਵ ਵੀ ਉਹਦੇ ਸਹਿਯੋਗੀ ਸੀ, ਸ਼ਿਕਸ਼ਾ ਮੰਤਰੀ ਸੀ ਉਸ ਵੇਲੇ, ਰਹਿਬਰੇ ਤਾਲੀਮ ਔਰ ਰਹਿਬਰੇ ਜਰਾਹ ਦੇ ਵਿੱਚ ਜਿਹੜੀ ਇਹਨੇ ਸਕੀਮ ਕੱਢੀ, ਅੱਜ ਕਿੰਨੇ ਹਜ਼ਾਰਾਂ ਬੱਚੇ ਜਿਹੜੇ ਉਹਦੇ 'ਚ ਲੱਗੇ ਨੇ। ਉਹ ਅਰਸ਼ ਦੇਵ ਦਾ ਇੱਕ ਵਿਜ਼ਨ ਹੈ, ਲੀਡਰ ਦੀ ਇੱਕ ਸੋਚ ਹੀ ਕਿ ਅਸੀਂ ਬੱਚੇ ਕੀ ਰੁਜ਼ਗਾਰ ਦੇਣਾ। ਅੱਜ ਇਹ ਦੱਸਣ ਕਿ ਇਹਦਾ ਕੀ ਵਿਜ਼ਨ ਹੈ ਸਾਡੇ ਨੌਜਵਾਨ ਸਾਥੀਆਂ ਦਾ, ਕੋਈ ਵਿਜ਼ਨ ਨਹੀਂ ਹੈ। ਸਾਡਾ ਨੌਜਵਾਨ ਸਾਥੀ ਨਸ਼ੇ ਵਾਲੀ ਸਾਈਡ ਜਾਂਦਾ, ਨਸ਼ਾ ਕਰਦਾ, ਉਸੀ ਰੁਜ਼ਗਾਰ ਦੀ ਤਲਾਸ਼ ਹੈ। ਮੈਂ ਨੌਜਵਾਨ ਸਾਥੀ ਕੀ ਵੀ ਦੋਸ਼ ਨਹੀਂ ਦੇਗਾ, ਕਿਉਂਕਿ ਮੈਂ ਵੀ ਉਸ ਉਹਦੇ 'ਚ ਗੁਜ਼ਰਿਆ। ਅੱਜ ਪੜ੍ਹੀ ਲਿਖੀ ਹੈ ਬੱਚਾ ਦਰਬਦਾਰ ਹੋਵਾ, ਅੱਜ ਤੁਹਾਡੇ ਮਾਂ ਪਿਓ ਪਰੇਸ਼ਾਨ ਹੋਵਾ,
ਅਗਰ ਉਹ ਘਰ ਰਹਿੰਦਾ ਮਾਂ ਪਿਓ ਆਖਦੇ ਕਿ ਤੁਸੀਂ ਕੰਮ ਕਿਸ ਨਹੀਂ ਕਰਨਾ, ਅਗਰ ਉਹ ਬਾਹਰ ਸੁਸਾਇਟੀ ਵਿੱਚ ਜਾਂਦਾ ਲੋਕ ਆਖਦੇ ਕਿ ਸੱਥਾ ਛੋਟਾ ਜਾਂ ਫਿਰਦਾ ਰਹਿੰਦਾ ਕੰਮ ਕਿਸ ਕਰਦਾ। ਤੁਸੀਂ ਬੱਚੇ ਹੀ ਪੁੱਛੋ ਕਿ ਤੁਹਾਡੇ ਮਨ ਚ ਕੀ ਹੋ ਰਹੀ, ਲੇਕਿਨ ਉਹ ਕੋਈ ਜ਼ਿੰਮੇਵਾਰੀ ਹੈ, ਉਹ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ ਔਰ ਲੋਕਲ ਲੀਡਰਸ਼ਿਪ ਦੀ ਜ਼ਿੰਮੇਵਾਰੀ ਹੈ। ਇਹਨੇ ਕਦੇ ਨਹੀਂ ਸੋਚਿਆ ਉਹਦੇ ਬਾਰੇ। ਅੱਜ ਸਾਡੀ ਬੱਚੀਆਂ ਦੇ ਬਾਰੇ ਕੋਈ ਸੋਚ, ਅੱਜ ਇਹ ਆਖਾਂ ਵੀ ਬੇਟੀ ਪੜ੍ਹਾਓ ਬੇਟੀ ਬਚਾਓ, ਸਲੋਗਨ ਬੜੇ ਦਿਆ ਦੇ। ਹਰਸ਼ ਦੇਵ ਨੇ ਜਿਹੜੇ ਸਕੂਲ ਖੋਲੇ ਦੇ, ਅੱਜ ਮੈਕਸਿਮ ਸਕੂਲ ਬੰਦ ਹੋਈ ਹੈ, ਬੇਟੇ ਹੋਏ ਬੰਦ ਨਹੀਂ ਹੋਏ, ਅੱਜ ਕਿਉਂ ਹੋ ਰਹੇ ਹਨ, ਅੱਜ ਕੋਈ ਪੁੱਛਣ ਵਾਲਾ ਨਹੀਂ। ਅੱਜ ਅਗਰ ਹਰਸ਼ ਦੇਵੋ ਨੇ ਸਕੂਲ ਖੋਲੇ ਹੈ, ਉਹਦੀ ਇੱਕ ਸੋਚ ਕਿ ਸਾਡੇ ਗ੍ਰਾਂ ਦੇ ਵਿੱਚ ਦੂਰ ਦਰਾਜ ਸਾਡੇ ਬੱਚੇ ਨਹੀਂ ਜਾ ਸਕਦੇ, ਵਿੱਚ ਨਾਲੇ ਨਦੀਆਂ, ਉਹ ਲੋਕਲ ਸਕੂਲ ਹੋਇਆ। ਲੇਕਿਨ ਅੱਜ ਇਹਨੇ ਉਸ ਚੀਜ਼ ਕੀ ਬਰਦਾਸ਼ਤ ਨਹੀਂ ਹੋਇਆ। ਅੱਜ ਅਗਰ ਖਰਚੇ ਦੀ ਗੱਲ ਕਰਦੇ, ਇਹਨੇ ਕਰੋੜਾਂ ਅਰਬਾਂ ਰੁਪਇਆ ਜਿਹੜਾ ਵੇਸਟ ਹੋਇਆ, ਅੱਜ ਸਾਡਾ ਨੌਜਵਾਨ ਯੂਥ ਜਿਹੜਾ ਹੁਣੇ ਇੰਜੀਨੀਅਰਿੰਗ ਕੀਤੀ ਦੀ, ਡਿਗਰੀਆਂ ਕੀਤੀ ਦੀਆਂ, ਡਿਪਲੋਮੇ ਕੀਤੇ ਦੇ, ਉਹ ਖੱਜਲ ਹੋਇਆ। ਉਹਦੇ ਵਾਸਤੇ ਅੱਜ ਵਧੀਆ ਵਧੀਆ ਗੱਲਾਂ ਕਰਦੇ। ਅੱਜ ਜਿਵੇਂ ਬਿਜਲੀ ਦੀ ਗੱਲ ਕਰਾ ਦੇ ਹੁੰਦੇ, ਇੱਕ ਸਾਡੇ ਗਰੀਬ ਆਦਮੀ ਅਗਰ ਦੋ ਬਲਬ ਲੱਗੇ ਦੇ ਹੁੰਦੇ, 1000 ਰੁਪਇਆ ਕਿਰਾਇਆ ਵਾਦਾ, 2000 ਆਵਾਦਾ, 3000 ਆਵਾਦਾ, ਉੱਥੇ ਕੁਛ ਪੁੱਛਣਾ। ਉੱਥੇ ਲੋਕਲ ਜਿਹੜੀ ਲੀਡਰਸ਼ਿਪ ਹੈ, ਚਾਹੇ ਉੱਥੇ ਦਾ ਕੋਈ ਵਿਧਾਇਕ ਹੈ, ਚਾਹੇ ਮੈਂਬਰ ਆਫ ਪਾਰਲੀਮੈਂਟ ਹੈ, ਉਹ ਪੁੱਛਿਆ। ਲੇਕਿਨ ਇਹਨੇ ਕਿਹਨੇ ਪੁੱਛਣਾ, ਜਿਹੜੀ ਪੁੱਛ ਸਕਦੇ ਉਹ ਅਰਸ਼ਦੇਵ ਸਿੰਘ ਨੇ ਪੁੱਛਣਾ, ਉਹ ਤੁਹਾਡੀ ਪਾਰਟੀ ਦਾ ਜਿਹੜਾ ਨੁਮਾਇੰਦਾ ਉਹਨੇ ਪੁੱਛਣਾ। ਅੱਜ ਸਾਡੇ ਬਿਜਲੀ ਦੇ ਬਿੱਲੇ ਦੀ ਗੱਲ ਨਹੀਂ ਹੈ, ਅੱਜ ਸਾਡੇ ਡੇਲੀ ਵੇਜਰ ਜਿਹੜੇ, ਕਈ 60 ਸਾਲ ਉਮਰ ਹੋਈ ਉਹ ਪੈਨਸ਼ਨ ਵੀ ਹੋਈ ਹੈ, ਲੇਕਿਨ ਉਹਨੇ ਤਨਖਾਹ ਨਹੀਂ ਮਿਲੀ, ਕੁਝ ਲੱਗਾ ਰਹੀ ਆਏ ਉਹਨੇ ਪੈਸਾ ਨਹੀਂ ਮਿਲਿਆ, ਕਿਆ ਉਹਨੇ ਕੰਮ ਨਹੀਂ ਕੀਤਾ, ਉਹਦੇ ਵਾਸਤੇ ਕੋਈ ਪਾਲਿਸੀ ਨਹੀਂ ਹੈਗੀ, ਦਿਨ ਰਾਤ ਕੰਮ ਕੀਤਾ ਉਹਨੇ। ਉਹਦੇ ਬਾਅਦ ਸਾਡੀਆਂ ਅੱਜ ਆਸ਼ਾ ਵਰਕਰ, ਆਂਗਣਵਾੜੀ ਵਰਕਰ ਭੈਣਾਂ ਜਿਹੜੀਆਂ, ਮਿਡ ਡੇ ਮੀਲ ਜਿਹੜਾ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਉਂਦੇ, ਮਾਤਰ 30 ਰੁਪਏ ਉਸੀ ਪਰ ਦਿਨ ਦੇ ਹੁੰਦੇ, 30 ਰੁਪਏ ਉਸੀ ਵਿਚਾਰੀ ਗਈ, ਘਰਾਂ ਕੰਮ ਛੁੱਟੀ ਜਾਂਦੀ, ਉੱਥੇ ਸੋਧ ਵੀ ਦਿੰਦੀ, ਭਾਂਡੇ ਵੀ ਮਾਂਜਦੀ, ਬੱਚੇ ਵੀ ਪੜ੍ਹਾਉਣਾ, 30 ਰੁਪਏ ਦਿੰਦੇ। ਉਸੇ ਲੀਡਰ ਨੇ ਨਹੀਂ ਉਹਦੇ 'ਚ ਬੋਲਿਆ। ਹੋਰ ਵਧੀਆ ਹਰੀਆਂ ਚੀਜ਼ਾਂ ਅੱਜ ਅਸ ਵਾਧਾ ਟਾਈਮ ਲਿਆ ਥੋੜ੍ਹਾ, ਮੈਂ ਲਾਸਟ ਇਹ ਅਪੀਲ ਕਰੂੰ ਕਿ ਜਿਹੜੇ ਲੋਕ ਆਏ ਨੇ, ਵਿਸ਼ੇਸ਼ ਤੌਰ 'ਤੇ ਮੈਂ ਸਰਪੰਚ ਸਾਹਿਬ ਦਾ ਬੜਾ ਬੜਾ ਧੰਨਵਾਦ ਕਰਨਾ। ਇਹ ਜਿਹੜੀਆਂ ਇੱਥੇ ਬੋਲਾਂ ਦੇ, ਇਹ ਇਹਾਂ ਗਾ ਉਦੋਂ ਮੁਰਚ ਵੀ ਅਸਾਂ ਕੋਈ ਪ੍ਰੋਗਰਾਮ ਹੋਇਆ, ਇਹਨੇ ਉੱਥੇ ਵੀ ਦਰਕਾਰ ਦਿੱਤੀ ਕਿ ਬਲਵੰਤ ਸਿੰਘ ਜੀ ਤੋਂ 33 ਪੰਚਾਇਤਾਂ ਦੀ ਗੱਲ ਕਰੋ, ਇੱਥੇ ਦੀ ਮੈਂ ਤੁਸੀਂ ਹਿਸਾਬ ਦੇਗਾ। ਔਰ ਅੱਜ ਇਹ ਜਨਤਾ ਗਵਾਹ ਸੀ ਜੀ, ਅਗਰ ਕੋਈ ਬੋਲਦਾ ਉਸ ਚੀਜ਼ ਪਰ ਬੋਲਦਾ। ਅਤੇ ਮੈਂ ਉੱਥੇ ਵੀ ਨਹੀਂ ਸੁਣਾਇਆ, ਮੈਂ ਆਖਿਆ ਬਲਵੰਤ ਸਿੰਘ ਉਹ ਆਦਮੀ ਹੈ, ਇਹ ਬੜੇ ਬੜੇ ਯੋਧਾ ਬਲਵੰਤ ਸਿੰਘ ਜੀ ਰੋਕਣੇ ਦੀ ਕੋਸ਼ਿਸ਼ ਕਰਾ ਰਹੇ ਹੈ, ਜੀਆਂ ਮਹਾਭਾਰਤ ਦੇ ਵਿੱਚ ਅਭਿਮਨਿਊ ਵਾਸਤੇ ਚੱਕਰਵਿਊਹ ਰਚਿਆ ਹੋਣਾ, ਇਹਨਾਂ ਨੇ ਬੜੇ ਚੱਕਰਵਿਊਹ ਰਚਨੇ। ਲੇਕਿਨ ਉਹਦੀ ਮਾਤਾ ਜੀ ਜਿਹੜਾ ਉਹਨੇ ਕਹਾਣੀ ਸੁਣਾਈ, ਲਾਸਟ ਨਹੀਂ ਸੁਣਾਈ ਦਾ, ਉਹ ਚੱਕਰਵਿਊਹ 'ਚ ਵੜਨਾ ਜਾਣਦੇ ਹੈ, ਲੇਕਿਨ ਬਾਹਰ ਨਹੀਂ ਵਿਚਾਰੇ ਨਿਕਲਣਾ ਜਾਣਦੇ ਹੈ। ਔਰ 7-8 ਯੋਧੇ ਜਿਹੜੇ ਵੱਡੇ, ਜਿਹੜੇ ਆਪਣੇ ਆਪ ਕੀ ਆਖਦੇ ਯੋਧੇ, ਉਹ ਇੱਕ ਇਕੱਲੇ ਯੋਧੇ ਉੱਪਰ ਪਈ ਹੈ, ਉਹਨੇ ਉਹਦੀ ਹੱਤਿਆ ਕੀਤੀ ਸੀ। ਲੇਕਿਨ ਮੈਂ ਨਹੀਂ ਸੁਣਾਇਆ, ਮੇਰੀ ਮਾਂ ਸੁੱਤੀ ਦੀ ਨਹੀਂ ਉਹ ਲੈ ਮਿੱਕੀ, ਉਹਨੇ ਪੂਰੀ ਕਹਾਣੀ ਸੁਣਾ ਦੀ। ਬਲਵੰਤ ਸਿੰਘ ਚੱਕਰਵਿਊਹ 'ਚ ਵੜਨਾ ਵੀ ਜਾਣਦਾ ਔਰ ਚੱਕਰਵਿਊਹ ਦਾ ਬਾਹਰ ਨਿਕਲਣਾ ਵੀ ਜਾਣਦਾ। ਔਰ ਇਹ ਜਿਹੜੇ ਵੱਡੀ ਪਾਰਟੀਆਂ ਦੇ ਜਾਂ ਵੱਡੇ ਲੋਕਾਂ ਦੇ ਨਾਅਰੇ ਦੇ ਆਦੇ, ਬਲਵੰਤ ਸਿੰਘ ਇਹਨੇ ਇਹਦੀ ਉਕਾਰ ਦਾ ਵੀ ਪਤਾ। ਲੇਕਿਨ ਅਸੀਂ ਤੁਸੀਂ ਆਖਣਾ ਚਾਹੁੰਦੇ, ਬਲਵੰਤ ਸਿੰਘ ਨੇ ਆਪਣੀ ਗੱਲ ਰੱਖਣੀ, ਅਗਰ 35 ਵਰੇ ਮੈਂ ਇਮਾਨਦਾਰੀ ਕੰਨੇ ਕੰਮ ਕੀਤਾ ਤਾਂ ਉਹਦਾ ਵੀ ਜਿਹੜਾ ਫਲ ਮਿਲਦਾ, ਅਗਰ ਮੈਂ ਉਹਦੇ 'ਚ ਕੋਈ ਕਦਾਈ ਮਿਲੀ ਦੀ ਉਹਦਾ ਵੀ ਵਾਗੇਦਾਰੀ ਮੈਂ ਹੋਣੀ। ਲੇਕਿਨ
ਮੈਨੂੰ ਬੜੀ ਖੁਸ਼ੀ ਹੋਈ। ਮੈਂ ਇਸ ਲਾਈ ਕਹਿੰਦਾ ਜਿੰਨਾ ਥੋੜਾ ਲੋਕਾਂ ਦਾ ਮੈਨੂੰ ਪਿਆਰ ਔਰ ਅਸ਼ੀਰਵਾਦ ਹੋਇਆ। ਪੂਰੀ ਈਸਟ ਕੰਸਟੀਚੂਐਂਸੀ ਔਰ ਮੈਂ ਇਹਦੇ ਕੋਲੇ ਇੱਕ ਵਾਅਦਾ ਕੀਤਾ ਜਿਹੜੇ ਲੋਕ ਆਖਦੇ ਉਧਮਪੁਰ ਔਰ ਮਜਾਲਤਾ, ਉਧਮਪੁਰ ਔਰ ਮਜਾਲਤਾ ਦੇ ਵਿੱਚ ਬਲਵਾਨ ਸਿੰਘ ਇੱਕ ਪੁਲ ਬਣੀ ਹੈ ਖਲੋ। ਇੱਧਰ ਦੀ ਜਨਤਾ ਜਿਹੜੇ ਬਲਵਾਨ ਸਿੰਘ ਦੇ ਉੱਪਰ ਉਸ ਸਾਈਡ ਟੱਪੋ ਔਰ ਉਸ ਸਾਈਡ ਦੀ ਜਨਤਾ ਜਿਹੜੀ ਇਸ ਸਾਈਡ ਟੱਪੋ ਔਰ ਜਿਹੜੇ ਤੁਹਾਡੇ ਕੰਮ ਆ। ਅਸਾਂ ਇੱਥੇ ਸਮਾਂ ਮਜਾਲਤਾ ਦੇ ਵਿੱਚ ਮੈਂ ਜ਼ਿਆਦਾ ਦੇਖ ਰਿਹਾ ਕਿਉਂਕਿ ਉੱਥੇ ਮੇਰਾ ਘਰ ਹੈ, ਆਪਣਾ ਪਰਿਵਾਰ ਹੈ, ਉਹਨੇ ਵੀ ਦੇਖੇ ਸਮਾਂ, ਲੇਕਿਨ ਇੱਥੇ ਸਮਾਂ ਜ਼ਿਆਦਾ ਦੇਖੇ। ਔਰ ਧਰਮ ਸਿੰਘ ਜੀ ਸਾਰਾ ਵੀ ਕੰਮ ਕਰਨ ਦਾ ਆਪਣਾ ਤਰੀਕਾ ਛੜੇ ਇੱਕ ਜਗ੍ਹਾ ਨਹੀਂ ਮੌਕੇ ਪੰਚਾਇਤ ਵਾਈ ਅਸੀਂ ਇਹਾਂ ਦਾ ਦਰਬਾਰ ਲਾ ਕੇ ਔਰ ਐਡਮਿਨਿਸਟ੍ਰੇਸ਼ਨ ਕੀ ਕੰਨੇ ਵਾਲ ਔਰ ਜਿਹੜੇ ਵੀ ਮਸਲੇ ਨੇ ਅੱਜ ਅਗਰ ਕਿਸੇ ਭੈਣ ਦਾ ਕਿਸੇ ਭਰਾ ਦਾ ਬਿਜਲੀ ਦਾ ਬਿੱਲ ਹੈ ਤੇ ਉੱਥੇ AWACS ਦੀ ਕੰਨੇ ਵਾਲੀ ਹੈ ਆਖਦੇ ਕਿ ਇਹ ਬਿੱਲ ਉਹਨੇ ਕਰੈਕਟ ਕਰੀਏ ਤੇ ਉਹਨੇ ਕਲੀਅਰ ਕਰੋ। ਬਲਵਾਨ ਸਿੰਘ ਇੱਕ ਵਿਧਾਨ ਸਭਾ ਖੇਤਰ ਚ ਜ਼ਿਆਦਾ ਇੱਕ MLA ਇਲੈਕਸ਼ਨ ਲੜਦਾ ਔਰ ਅੱਜ ਸੈਕੜਾਂ ਨਹੀਂ ਹਜ਼ਾਰਾਂ ਦੀ ਤਾਦਾਦ ਚ ਸਾਡੀਆਂ ਭੈਣਾਂ, ਸਾਡੇ ਬਜ਼ੁਰਗ, ਸਾਡੇ ਨੌਜਵਾਨ ਸਾਥੀ ਜਿਹੜਾ ਅਸੀਂ ਅਸ਼ੀਰਵਾਦ ਦਿਆ ਦੇ ਔਰ ਆਉਣ ਵਾਲੇ ਟਾਈਮ ਦੇ ਵਿੱਚ 1 ਤਰੀਕ ਜਿਹੜਾ ਤੁਸੀਂ ਟਰੱਕ ਵਾਲਾ ਬਟਨ ਦਬਾਉਣਾ ਔਰ ਜਿਹੜਾ ਬਲਵਾਨ ਸਿੰਘ ਇਹ ਨਹੀਂ ਕੰਮਯਾਬ ਕਰਾਉਣਾ, ਅਰਸ਼ ਦੇਵ ਹੋਈ ਔਰ ਪੈਂਥਰ ਪਾਰਟੀ ਕੀ ਅਸੀਂ ਦੁਬਾਰਾ ਆਉਣਾ ਔਰ ਜਿਹੜੇ ਲੋਕ ਆਖਦੇ ਕਿ ਕਮਜ਼ੋਰ ਹੋਈ ਅੱਜ ਆਉਣ ਵਾਲੇ ਟਾਈਮ ਦੇ ਵਿੱਚ ਦੁਬਾਰਾ ਪੈਂਥਰ ਪਾਰਟੀ ਅਸੈਂਬਲੀ ਦੇ ਵਿੱਚ ਵੀ ਦੂਰੋ ਔਰ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਵੀ ਗੌਰਮੈਂਟ ਬਣੋ ਉਸ ਦੀ ਵੀ ਬਣੋ, ਪੈਂਥਰ ਪਾਰਟੀ ਦੀ ਉਹਦੇ 'ਚ ਅਹਿਮ ਭੂਮਿਕਾ ਹੋਣੀ ਔਰ ਪੈਂਥਰ ਪਾਰਟੀ ਉਹਦੇ ਵਿੱਚ ਹੋਣੀ ਔਰ ਜਿਹੜੇ ਮਸਲੇ ਮੈਂ ਜਿੰਨੇ ਵੀ ਦੱਸੇ ਤੁਸੀਂ, ਚਾਹੇ ਨੌਜਵਾਨ ਸਾਥੀਆਂ ਦਾ, ਚਾਹੇ ਹੋਰ ਮਸਲੇ ਨੇ ਸਾਡੇ ਲਈ ਵੇਚ ਰਹੇ ਨੇ, ਚਾਹੇ ਸਾਡੀ ਬੱਚੀਆਂ ਦੇ ਕੋਈ ਮਸਲੇ ਨੇ, ਚਾਹੇ ਜਿਹੜੀਆਂ ਬਿਜਲੀ ਦੇ ਬਿੱਲ ਦੀਆਂ ਬਾਰੇ ਅੱਜ ਇਹ ਆਖਦੇ ਹਰ ਘਰ ਜਲ ਰਿਹਾ ਹਰ ਘਰ ਨਾਲ, ਅਜੇ ਥੋੜ੍ਹੀ ਪਿੱਛੇ ਅਸੀਂ ਭੈਣਾਂ ਮਿਲੀਆਂ ਕਿ 6-6 ਮਹੀਨੇ ਹੋਏ ਸਾਡਾ ਪਾਣੀ ਆ ਗਿਆ ਔਰ ਉਹ ਬਲਵਾਨ ਸਿੰਘ ਇੱਕ ਵਾਅਦਾ ਕਰੋ ਬਸ ਦੱਸੀਏ ਕਿ ਹਰ ਘਰ ਜਲ ਕਿਵੇਂ ਪਹੁੰਚਾਉਣਾ। ਖਾਲੀ ਦਿੱਲੀ ਵੇਈ ਹੈ ਸਕੀਮਾਂ ਲਾਂਚ ਕਰੀ ਜਿਹੜੀ ਹੁੰਦੀ ਹੈ, ਉਸ ਮੇਰੇ ਕੋਲ ਸ਼ਤਰਾੜੀ ਚ ਆਓ, ਦੂਈਆਂ ਪੰਚਾਇਤਾਂ ਚ ਜਾਓ, ਘਰ ਘਰ ਜਾਓ, ਲੋਕਾਂ ਦਾ ਕੀ ਬਦਲਦਾ। ਇਹ ਸਮਾਂ ਬੜਾ ਘੱਟ ਹੋਇਆ, ਜੀਆਂ ਇਹਨੇ ਆਖਿਆ ਚਾਹੁੰਦੇ ਸੀ ਕਿ ਸਾਰੇ ਲੋਕਾਂ ਕੋਲ ਮਿਲਿਆ, ਲੇਕਿਨ ਉਸ ਅਸੀਂ ਅਸ਼ੀਰਵਾਦ ਦਿਓ ਔਰ 1 ਤਰੀਕ ਜਿਹੜਾ ਅਸੀਂ ਕਾਮਯਾਬੀ ਕਰੀ ਹੈ, 8 ਤਰੀਕ ਦੇ ਬਾਅਦ ਅਸ ਹਰ ਪੰਚਾਇਤ ਦੇ ਵਿੱਚ ਹੋਗੇ, ਤਮਾਮ ਲੋਕਾਂ ਕੋਲ ਮਿਲ ਗਏ ਔਰ ਲਾਸਟ ਦੇ ਵਿੱਚ ਮੈਂ ਇਹ ਚੀਜ਼ ਆਖੂ ਕਿ ਪੈਂਥਰ ਪਾਰਟੀ ਦੇ ਜਿੰਨੇ ਵੀ ਪੁਰਾਣੇ ਲੋਕ ਹਨ ਅਸ ਉਹਦੇ ਕੋਲ ਸੰਪਰਕ ਨਹੀਂ ਕਰੀ ਸਕਾਂ, ਨਹੀਂ ਮਿਲ ਨਹੀਂ ਸਕਾਂ, ਮੈਂ ਮਾਫੀ ਚਾਹੁੰਦਾ ਔਰ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਬੈਠੀ ਹੈ ਇੱਕ ਪਰਿਵਾਰ ਦੀ ਤਰ੍ਹਾਂ ਚੱਲ ਕੇ। ਜੈ ਹਿੰਦ, ਜੈ ਹਿੰਦ। ਇੱਕ ਮਿੰਟ ਕੋਈ ਇੱਕ ਬੋਤਲ ਹੀ ਆ ਥੋੜਾ।